2022 ਦੀ ਵਿਧਾਨ ਸਭਾ ਚੋਣ ਬਿਲਕੁਲ ਨਜ਼ਦੀਕ ਆ ਰਹੀ ਹੈ। ਸਿਆਸੀ ਸਮੀਕਰਨ ਅਤੇ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਕਿ ਕਿਵੇਂ ਅਸੀਂ ਸਿਆਸੀ ਸਮੀਕਰਨਾਂ ਨੂੰ ਬਦਲੀਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਸੁਪਰੀਮੋ ਦਿੱਲੀ ਦੇ ਵਿੱਚ ਬੈਠਕ ਕਰ ਰਹੇ ਸੀ। ਪੰਜਾਬ ਦੇ ਲੀਡਰ ਲੰਚ ਤੇ ਪਹੁੰਚੇ ਹੋਏ ਸਨ। ਇਕਲੌਤੇ ਸੰਸਦ ਮੈਂਬਰ ਤੇ ਪੰਜਾਬ ਆਪ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਬਲਜਿੰਦਰ ਕੌਰ ਸਣੇ ਕਈ ਵਿਧਾਇਕ ਇਸ बैठक में हाजिर दिखाई दिते। मंथन 2022 के मद्देनजर होया है। 15 अगस्त तो पहला आम आदमी पार्टी ने सियासी गतिविधियां तेज करना, ये मायने वक्रे देखे जा रहे हैं, क्योंकि 15 अगस्त को आम आदमी पार्टी पंजाब की सियासत में एक बड़ा ऐलान कर सकती है। ऐलान यह भी हो सकता है कि 2022 इलेक्शन के उम्मीदवार सीएम चेहरा कौन होगा। सस्पेंस हालांकि बरकरार है कि भगवंत मान होंगे या कोई होर लीडरशिप होगी। हालांकि अमृतसर पहुँच के जदों अरविंद केजरीवाल ने ऐलान किया कि सीएम चेहरा सिख भाईचारे नाल संबंधित होगा। चंडीगढ़ में भी ऐलान अरविंद केजरीवाल ने किया, भावें बिजली का मुद्दा होवे, भावें 2022 की लड़ाई लड़नी होवे। हालांकि आम आदमी पार्टी 2017 में 20 सीटा जित के सत्ता में आई सी, पर चुनौती हुण किवें रहिंदी है ये देखना लाजमी होगा। बजम वर्मा इसी खबर से जान कर देंगे। बजम की लगता है किड़िया चर्चावें इस बैठक में हुई? सो बजम मैं आऊँगा तुहाडे कोले। सुनाम उधम सिंह वाला तो अमन अरोड़ा विधायक ने साडे नाल जुड़ चुके हैं। अमन जी स्वागत है जी पंजाब हरियाणा हिमाचल से। मेहरबानी जी, थैंक यू, धन्यवाद। अमन जी, दिल्ली में चर्चावां हो रही ने, 15 अगस्त का इंतजार करिए कि किहड़ा सीएम चेहरा होगा। नहीं, ये तो तुसी हाइपोथेटिकल जी सवाल कर रहे हो जी। सवाल साढ़े लिए तुहाडे लिए मीडिया के लिए इंपोर्टेंट हो सकता है कि सीएम का चेहरा किहड़ा होएगा। साढ़े लिए पंजाब के मसले हल, पंजाब की किसानी का, पंजाब की जवानी का, पंजाब के व्यापारियां इंडस्ट्री का, पंजाब के सिर जिहड़ा 3 लाख करोड़ की कर्जे की पांडे चढ़ी पई है, पंजाब के बच्चे नौजवान नशे के गलतान ने, हैल्थ एजुकेशन सिस्टम का बेड़ा गर्क होया पिया है। ਸਾਡੇ ਲਈ ਉਹ ਪ੍ਰਾਇਓਰਟੀਜ਼ ਨੇ, ਅਸੀਂ ਉਹਦੇ ਉੱਪਰ ਚਿੰਤਾਵਾਂ ਤੇ ਚਰਚਾਵਾਂ ਨੇ ਜਿਹੜੀਆਂ ਉਹ ਕੀਤੀਆਂ ਨੇ। ਇਹ ਤੁਹਾਡੀਆਂ ਆਪਣੀਆਂ ਕਿਆਸ ਰਾਈਆਂ ਨੇ ਕਿ ਕਿਹੜਾ ਸੀਐਮ ਦਾ ਚਿਹਰਾ ਕਦੋਂ ਅਨਾਉਂਸ ਹੋਏਗਾ, ਉਹ ਤੁਹਾਡਾ ਵਿਸ਼ਾ ਤੁਸੀਂ ਕਰਦੇ ਰਹੋ, ਪਰ ਅਸੀਂ ਜਿਹੜੀ ਸਾਡੀ ਤਾਂ 3 ਘੰਟੇ ਮੀਟਿੰਗ ਚੱਲੀ ਹੈ, ਉਹ ਪੰਜਾਬ ਦੇ ਇਕੱਲੇ ਇਕੱਲੇ ਵਰਗ ਨੂੰ ਇਸ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚੋਂ, ਜਿਹੜੀ ਕਿ ਪਿਛਲੇ 15 ਸਾਲਾਂ ਦੇ ਵਿੱਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਪਹੁੰਚਾ ਦਿੱਤਾ ਪੰਜਾਬ ਨੂੰ, ਉਹਦੇ ਵਿੱਚੋਂ ਕਿਵੇਂ ਕੱਢ ਕੇ ਦੁਬਾਰਾ ਪੰਜਾਬ ਬਣਾਉਣਾ, ਰੰਗਲਾ ਪੰਜਾਬ ਬਣਾਉਣਾ, ਸਾਡੀ ਚਰਚਾਵਾਂ ਉੱਥੇ ਹੋਈਆਂ ਨੇ। ਅਮਨ ਜੀ, ਕੁਲਤਾਰ ਸਿੰਘ ਸੰਧਵਾ ਕੁਝ ਦਿਨ ਪਹਿਲਾਂ ਸਟੇਟਮੈਂਟ ਦਿੰਦੇ ਨੇ ਕਿ 15 ਅਗਸਤ ਨੂੰ ਅਸੀਂ ਐਲਾਨ ਕਰ ਦਾਂਗੇ ਕਿ ਸੀਐਮ ਚਿਹਰਾ ਕੌਣ ਹੋਵੇਗਾ, ਕਿਉਂ ਨਾ ਫਿਰ ਸਵਾਲ ਪੁੱਛਿਆ ਜਾਵੇ। ਨਹੀਂ, ਫਿਰ ਕੁਲਤਾਰ ਸਿੰਘ ਸੰਧਵਾ ਜੀ ਤੋਂ ਪੁੱਛੋ ਨਾ ਜੀ, ਤੁਸੀਂ, ਮੈਨੂੰ ਨਹੀਂ ਪਤਾ ਹੈਗਾ, ਸ਼ਾਇਦ ਉਹਨਾਂ ਨੂੰ ਪਤਾ ਹੋਵੇ। ਨਹੀਂ, ਆਮ ਆਦਮੀ ਪਾਰਟੀ ਸੰਗਠਨ ਦੇ ਰੂਪ 'ਚ ਅਮਨ ਜੀ ਕੋਈ ਚਰਚਾ ਤਾਂ ਹੋਈ ਹੋਵੇਗੀ। ਕ੍ਰਿਸ਼ਨ ਜੀ ਮੈਂ ਜਿਹੜੀ ਚਰਚਾਵਾਂ ਹੋਈਆਂ ਨੇ ਭਾਈ ਸਾਹਿਬ, ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ, ਲੋਕਾਂ ਦੇ ਮੁੱਦੇ ਨੇ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ, ਜੀਵਨ ਨੂੰ ਬਿਹਤਰ ਬਣਾਉਣ ਦੇ ਮੁੱਦੇ ਨੇ, ਅੱਜ ਉਹਦੇ ਡਿਸਕਸ਼ਨਸ ਹੋਈਆਂ ਨੇ, ਇਹਦੇ ਬਾਰੇ ਨਾ ਮੈਨੂੰ ਕੋਈ ਜਾਣਕਾਰੀ ਪਹਿਲਾਂ ਸੀ। ਅੱਛਾ ਅਮਨ ਜੀ, ਰੋਡ ਮੈਪ ਕੋਈ ਤਿਆਰ ਹੋਇਆ ਹੈ? ਦੇਖੋ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ ਤੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ BSP ਹੈ। ਕਿਸ ਤਰ੍ਹਾਂ ਆਮ ਆਦਮੀ ਪਾਰਟੀ ਰਣਨੀਤੀ ਘੜੇਗੀ? ਖਾਸ ਰੋਡ ਮੈਪ ਤਿਆਰ ਹੋ ਚੁੱਕੇ? ਨਹੀਂ, ਰੋਡ ਮੈਪ ਤਿਆਰ ਹੋ ਰਹੇ ਨੇ ਜੀ, ਕੰਮ ਜਿਹੜਾ ਸਾਰਿਆਂ ਦੇ ਚੱਲ ਰਿਹਾ ਹੈ। ਸਾਡਾ ਇਹ ਨਹੀਂ ਹੈ ਕਿ ਅਸੀਂ ਕੋਈ ਹਵਾਈ ਗੱਲਾਂ ਕਰ ਦੇਣੀਆਂ ਨੇ, ਕੋਈ ਝੂਠੇ ਵਾਅਦੇ ਕਰ ਦਿੰਦੇ ਨੇ, ਝੂਠੀਆਂ ਫਾਹਾਂ ਖਾ ਲੈਣੇ, ਅਸੀਂ ਉਹ ਕੰਮ ਤਾਂ ਕਰਨਾ ਨਹੀਂ ਹੈਗਾ। ਅਸੀਂ ਗਰਾਊਂਡ ਦੇ ਉੱਪਰ ਲੋਕਾਂ ਤੋਂ ਹਰੇਕ ਵਰਗ ਦੇ ਨਾਲ ਮਿਲ ਕੇ, ਪਹਿਲਾਂ ਵੀ ਅਸੀਂ ਮੈਨੀਫੈਸਟੋ ਇਸੇ ਤਰੀਕੇ ਦੇ ਨਾਲ ਤਿਆਰ ਕੀਤੇ ਸੀਗੇ, ਤੇ ਇਸ ਵਾਰ ਵੀ ਉਸੇ ਤਰੀਕੇ ਦੇ ਨਾਲ ਹੋਮਵਰਕ ਹੈ ਜਿਹੜਾ ਚੱਲ ਰਿਹਾ, ਰੋਡ ਮੈਪ ਉਸ ਤਰੀਕੇ ਨਾਲ ਚੱਲ ਰਿਹਾ ਕਿ ਲੋਕਾਂ ਤੋਂ ਪੁੱਛ ਕੇ, ਉਹਨਾਂ ਦੇ ਨਾਲ ਸਲਾਹ ਮਸ਼ਵਰੇ ਡਿਸਕਸ਼ਨਾਂ ਕਰਕੇ, ਤੇ ਕਿਹੜਾ ਕੰਮ ਡੂਏਬਲ ਹੈ, ਕਿਹੜਾ ਕੰਮ ਕੀਤਾ ਜਾ ਸਕਦਾ ਤੇ ਕਿਵੇਂ ਕੀਤਾ ਜਾ ਸਕਦਾ, ਉਹਦਾ ਰੋਡ ਮੈਪ ਹੈ ਜਿਹੜਾ ਉਹ ਚੱਲ ਰਿਹਾ। ਠੀਕ ਹੈ ਅਮਨ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸੋ ਅਮਨ ਅਰੋੜਾ ਕਹਿ ਰਹੇ ਸੀ ਕਿ ਪੰਜਾਬ ਦੀ ਭਲਾਈ ਲਈ ਬੈਠਕਾਂ ਹੋਈਆਂ ਨੇ, ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਕਿਵੇਂ ਉਤਾਰੀ ਜਾਵੇ, ਇਸ ਸੰਬੰਧੀ ਚਰਚਾਵਾਂ ਹੋਈਆਂ। ਹਾਲਾਂਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ 'ਤੇ ਵੀ ਸਵਾਲ ਕੀਤਾ ਗਿਆ, ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਕੁਲਤਾਰ ਸਿੰਘ ਸੰਧਵਾ ਜਵਾਬ ਦੇ ਸਕਦੇ ਨੇ। ਪਰ ਇਸ ਤੋਂ ਪਹਿਲਾਂ ਕਈ ਬਿਆਨਾਤ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਦਿੱਤੇ ਕਿ 15 ਅਗਸਤ ਉਹ ਤਰੀਕ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਇਹ ਐਲਾਨ ਕਰਾਂਗੇ ਕਿ ਸੀਐਮ ਕੌਣ ਹੋਵੇਗਾ ਜਾਂ ਸੀਐਮ ਚਿਹਰਾ ਕਿਸ ਨੂੰ ਅਸੀਂ ਦੇਵਾਂਗੇ। ਪਰ ਦਿੱਲੀ ਦੇ ਵਿੱਚ ਲੰਚ ਡਿਪਲੋਮੈਸੀ ਹੋ ਰਹੀ ਹੈ, ਇਸ ਦੇ ਬਹੁਤ ਮਾਇਨੇ ਦੇਖੇ ਜਾ ਰਹੇ ਨੇ। ਬਜ਼ਮ, ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਦੇ ਲਈ।